लो जी अस्सलाम वालेकुम जी। लो जनाब अज असी अमीपुर अमीनपुर बंगला जनाब इतने आए हुए हैं ते देखो माशाल्लाह जानवर इतने फॉर सेल जड़े आए हुए हैं मंडी दे विच। ते अगर तुसी विजिट करना चाहो तो जनाब विजिट कर सकते जे। ये मंडी हर 10 तारीख नू जनाब अमीनपुर बंगले जनाब लगती है। तो फैसलाबाद तो तकरीबन कोई 20 किलोमीटर के फासले पर। लो जनाब वीडियो शुरू करने हैं जी, इतों ही शुरू करना है। एक बच्चे तो है कि नहीं कुटी है ना जी जी सर लो जी नुकरा वशेरा जी लो जी नुकरा वशेरा जी जी वालेकुम अस्सलाम जनाब की हाल है वीर जी। शुक्र अल्हम्दुलिल्लाह तुसी सुनाओ किया मलक सलीम बिस्मिल्लाह। आ किन्ने पैसे वीर ओ बेटा किन्ने पैसे इंदे 4 लाख किंदा ते इंदा 4 लाख रुपया हां जी इन्ने पैसे यार ਹਾਂ ਇੰਨੇ ਹੀ ਮੰਗਦੇ ਨੇ ਅੱਛਾ ਤੇਰਾ ਨਹੀਂ ਜੀ ਹੋਰ ਅਸਾਂ ਤੋਂ ਹੀ ਬੈਸ ਪੈਸੇ ਵੇਖ ਕਿੰਨੇ ਮਹੀਨਿਆਂ ਦਾ ਬੇਟਾ 3 ਮਹੀਨੇ 3 ਮਹੀਨੇ ਦਾ ਲਓ ਜੀ 3 ਮਹੀਨਿਆਂ ਦਾ 4 ਲੱਖ ਰੁਪਈਆ ਜਨਾਬ ਵਸ਼ੇਰੇ ਦਾ ਮੰਗਦੇ ਜੀ ਪਿਓਰ ਵਾਈਟ ਹੈ ਕੋਈ ਦਾਗ ਨਹੀਂ ਕੋਈ ਧੱਬਾ ਨਹੀਂ ਔਰ ਗੱਲ ਦੇ ਵਿੱਚ ਉਹਨਾਂ ਨੇ ਜਨਾਬ ਇਹ ਦੇਖੋ ਟਾਕੀ ਵੀ ਪਾਈ ਹੋਈ ਕਲਰ ਬਲੈਕ ਕਲਰ ਦੀ ਅਗਰ ਮਾਸ਼ਾਅੱਲਾ ਉਹਨਾਂ ਦਾ ਇਸ਼ਾਰਾ ਇਸ ਤਰਫ ਹੈ ਅਗਰ ਜ਼ੁਲਜਨਾ ਵਾਸਤੇ ਕਿਸੇ ਨੇ ਖਰੀਦਣਾ ਹੋਵੇ ਤਾਂ ਉਹ ਜਨਾਬ ਖਰੀਦ ਸਕਦਾ। ਮਾਸ਼ਾਅੱਲਾ ਬਸ਼ੇਰਾ ਖੂਬਸੂਰਤ ਹੈਗਾ ਜੇ ਪੈਰ ਪੂਰ ਵੀ ਸਾਫ਼ ਹੈਗਾ ਜੀ ਬਸ਼ੇਰਾ ਬਿਲਕੁਲ ਸਾਫ਼ ਸੁਥਰਾ ਬਛੇਰਾ ਸਾਫ਼ ਹੈ। ਨੰਬਰ ਕੀ ਬੇਟਾ ਤੇਰਾ ਹਾਂ ਕੌਣ ਲਿਖ ਹਾਂ ਬੋਲ 300 ਪੂਰਾ 46 300 ਪੂਰਾ ਅੱਛਾ 25 26 ਨਾਂ ਕੀ ਤੇਰਾ ਅਤੇ ਘੋੜੀ ਨਹੀਂ ਆਪਦੇ ਵੇਚਣਾ ਉਹ ਬਛੇਰੇ ਸਿਰਫ ਵੇਚਣਾ ਅੱਛਾ ਕੀ ਮੰਗਦੇ ਬਛੇਰੇ ਕੀ ਮੰਗਦੇ ਪੁੱਛ 4 ਲੱਖ ਰੁਪਈਆ ਯਾਰ ਕੋਈ ਰੇਟ ਘੱਟ ਛੱਟ ਕਰਿਆ ਕਰੋ ਆ ਵੇਖੋ ਇੰਨੇ ਬੰਦੇ ਆਉਂਦੇ ਨੇ ਲੈਣ ਵਾਸਤੇ ਇੰਨਾ ਸਫ਼ਰ ਕਰਦੇ ਨੂੰ ਆਉਂਦੇ ਨੇ ਸ਼ੌਕ ਪੂਰਾ ਨਹੀਂ ਹੁੰਦਾ ਇੱਥੋਂ ਰੇਟ ਇੰਨਾ ਮੰਗਦੇ ਨੇ ਵਿਚਾਰੇ ਫਿਰ ਇੱਥੋਂ ਜਾਂਦੇ ਨੇ ਕੋਈ ਰੇਟ ਘੱਟ ਕਰੋਗੇ ਤਾਂ ਕੋਈ ਲਵੇਗਾ ਵੀ ਅਤੇ ਅਗਾਂਹ ਕੰਮ ਵੀ ਫਿਰ ਵਧੇਗਾ ਅੱਲਾ ਬਰਕਤ ਪਾਵੇਗਾ ਅਤੇ ਜੇ ਰੇਟ ਹੀ ਆਪਾਂ 4 ਲੱਖ ਮੰਗ ਲਿਆ ਤਾਂ ਫਿਰ 30 ਬੰਦੇ ਨੇ ਲੈਣ ਉਹ ਘਾ ਉਹ ਫਿਰ ਫੁਰ ਕੇ ਅਤੇ ਫਿਰ ਵਾਪਸ ਲੈ ਜਾਣਾ ਆ ਵੇ ਆ ਸਾਰੇ ਬੰਦੇ ਲੈਣ ਵਾਸਤੇ ਆਏ ਹੈ ਪਿੰਡੀ ਤੋਂ ਐ ਵੇ ਭਾਅ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਪਿੰਡੀ ਤੋਂ ਆਏ ਅਤੇ ਪਿੰਡੀ ਤੋਂ ਕੀ ਵੇਖਿਆ ਜੇ ਕੀ ਰੇਟ ਸ਼ੇਟ ਕੀ ਜਾ ਰਿਹਾ ਇਹ ਨੁਕਰੇ ਤਾਂ ਬੱਚੇ ਦਾ 4 ਲੱਖ ਰੁਪਏ ਮੰਗ ਰਿਹਾ ਕਿੰਨਾ ਗੁਣਾ ਚਾਹੀਦਾ ਵੈਸੇ ਤੁਹਾਡੇ ਅਸੀਂ ਇਸ ਤਰ੍ਹਾਂ ਕੀ ਕਿਆ ਇਸ ਤਰ੍ਹਾਂ ਸ਼ੌਕ ਵੱਧ ਸਕਦਾ ਨਹੀਂ ਵੱਧ ਸਕਦਾ ਜਾਂ ਅਗਲੇ ਵੀ ਮੁੱਕ ਜਾਏਗਾ ਅਗਲਾ ਮੁੱਕ ਜਾ ਸੀ ਵੱਧ ਨਹੀਂ ਸਕਦਾ ਮੁੱਕ ਜਾ ਲਓ ਜੀ ਅਗਲਾ ਵੀ ਮੁੱਕ ਜਾਏਗਾ ਜੀ ਲਓ ਜਨਾਬ 4 ਲੱਖ ਰੁਪਇਆ ਮੰਗਦੇ ਨੇ ਜਨਾਬ ਅਤੇ ਕਮੈਂਟਸ ਦੇ ਵਿੱਚ ਜ਼ਰੂਰ ਸਾਨੂੰ ਦੱਸਿਆ ਜੇ ਕਿ ਤੁਹਾਨੂੰ ਇਹ ਜਿਹੜਾ ਹੈਗਾ ਬੱਚਾ ਕਿਹਾ 4 ਲੱਖ ਰੁਪਏ ਦਾ ਹੈ ਔਰ ਇਹ ਜੇ 4 ਲੱਖ ਦਾ ਨਹੀਂ ਤਾਂ ਕਿੰਨੇ ਕੁ ਦਾ ਹੈਗਾ ਜ਼ਰਾ ਜ਼ਰੂਰ ਦੱਸਿਆ ਜੇ ਨੰਬਰ ਮੁੰਡੇ ਦਾ ਤੁਹਾਡੇ ਕੋਲ ਆ ਗਿਆ ਅਤੇ ਜੇ ਅਗਰ ਕੋਈ ਲੈਣ ਵਾਲਾ ਹੋਵੇ ਤਾਂ ਤੁਸੀਂ ਡਾਇਰੈਕਟ ਕਾਲ ਜਨਾਬ ਕਰ ਸਕਦੇ ਜੇ ਮੁੰਡੇ ਦਾ ਵਟਸਐਪ ਨੰਬਰ ਇਹੋ ਹੀ ਹੈ ਬੇਟਾ ਵਟਸਐਪ ਵੀ ਇਹੋ ਹੀ ਹੈ ਇਹ ਨਹੀਂ ਹੈ ਇਹੋ ਹੀ ਵਟਸਐਪ ਵੀ ਚਲੋ ਜੀ ਲਓ ਜਨਾਬ ਅੱਗੇ ਚੱਲਦੇ ਹਾਂ ਵੀਰ ਜੀ ਅਤੇ ਤੁਹਾਨੂੰ ਵਿਖਾਉਂਦੇ ਹਾਂ ਹੋਰ ਜਾਨਵਰ ਲਓ ਜੀ ਇੱਕ ਇਹ ਕੁੱਲਾ 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 ਨੁਕਰਾ ਮਗਰ ਪੇਟ ਦੇ ਉੱਤੇ ਪ੍ਰਿੰਟ ਹੈਗਾ ਪ੍ਰਿੰਟ ਦੇ ਪੇਟ 'ਤੇ ਜਨਾਬ ਇਹਦੇ ਪ੍ਰਿੰਟ ਹੈਗਾ ਜੇ ਸਾਈਡ ਦੇ ਉੱਤੇ ਮੈਂ ਤੁਹਾਨੂੰ ਵਿਖਾਉਣਾ ਇਹ ਦੇਖੋ ਇਹ ਪੇਟ ਦੇ ਉੱਤੇ ਜਨਾਬ ਪ੍ਰਿੰਟ ਜੇ ਹੋਰ ਵੈਸੇ ਜਿਹੜਾ ਨਾ ਕੰਨਾਂ ਦੇ ਉੱਤੇ ਵੀ
प्रिंट है ये देखो कन्ना दे उत्ते भी प्रिंट है काला हाथ पैर तुसी वेखो इहदे उरले मुठे दे विच फर्क है किन्ने पैसे बेटा 2 लाख अखां चिट्टियां ही सन अखां जी ਅਸੀਂ ਥੋੜ੍ਹਾ ਜਿਹਾ ਟੋਰ ਕੇ ਉਹਨਾਂ ਨੂੰ ਲਿਆਵਾਂਗਾ 2 ਲੱਖ ਰੁਪਈਆ ਜੀ ਪਛੇਰੀ ਲਓ ਜੀ ਪਛੇਰੀ ਜੀ ਅਤੇ 2 ਲੱਖ ਰੁਪਏ ਕੀ ਨਾਂ ਕੀ ਬੇਟਾ ਤੇਰਾ ਅਵੈਸ ਹੈ ਤੇਰਾ ਨਾਂ ਅਵੈਸ ਹੈ ਅਵੈਸ ਅਵੈਸ ਕਿਹੜੀ ਜਗ੍ਹਾ ਤੋਂ ਆਇਆ ਬੇਟਾ ਰਹਿਮੋਨ ਹੈ ਅੱਛਾ ਅਤੇ ਇਹਦਾ 2 ਲੱਖ ਰੁਪਇਆ ਅੱਛਾ ਅਤੇ ਉਮਰ ਕਿੰਨੀ ਇਹਦੀ 14 ਮਹੀਨੇ 1.5 ਸਾਲ ਹੋ ਗਈ 1.5 ਸਾਲ ਹੋ ਗਈ ਜੀ ਅਤੇ 2 ਲੱਖ ਰੁਪਇਆ ਦਾ ਜੀ ਕੋਈ ਇਹਦੇ 'ਚ ਕੋਈ ਕਮੀ ਪੇਸ਼ੀ ਹੋ ਸਕਦੀ ਹੈ ਕਿ ਨਹੀਂ ਕਮੀ ਪੇਸ਼ੀ ਹੋ ਸਕਦੀ ਹਾਂ ਅਬੂ ਨੂੰ ਨਾ ਸੱਦੀ ਤੂੰ ਹੀ ਖਲੋਤਾ ਰਹਿ ਨੰਬਰ ਦੱਸ ਨੰਬਰ ਦੱਸ ਦਿੱਤਾ ਜੀ ਆਪਣਾ ਫੋਨ ਹੀ ਕੋਣੀ ਫਿਰ ਅਬੂ ਨੂੰ ਸੱਦ ਫਿਰ ਸੱਦ ਪਈ ਅਬੂ ਨੂੰ ਤੂੰ ਹਾਂ ਫਿਰ ਅਬੂ ਦਾ ਆਉਣਾ ਬਣਦਾ ਸੱਦ ਸੱਦ ਲਓ ਜੀ ਮਾਸ਼ਾ ਅੱਲਾ ਦੇਖੋ ਸ਼ਫੀਕ ਵੀਰ ਜੀ ਕਿਹੜੀ ਜਗ੍ਹਾ ਤੋਂ ਆਏ ਜੇ ਫੈਸਲਾਬਾਦ ਤੋਂ ਇੱਥੋਂ ਨੇੜੋ ਹੀ ਆਏ ਜੇ ਕੈਸਾ ਅੱਜ ਮੰਡੀ ਜਾਨਵਰ ਤਾਂ ਮਾਸ਼ਾਅੱਲਾ ਆਏ ਨੇ ਪਰ ਰੇਟ ਸ਼ੇਟ ਦੀ ਕੀ ਪੁੱਛ ਅੱਛਾ ਵੈਸੇ ਤੁਸੀਂ ਕੀ ਸਮਝਦੇ ਜੇ ਕਿ ਰੇਟ ਮੁਨਾਸਿਬ ਹੋਣਾ ਚਾਹੀਦਾ ਜਾਨਵਰਾਂ ਦਾ ਤਾਂ ਕਿ ਜ਼ਿਆਦਾ ਲੋਕਾਂ ਨੂੰ ਸ਼ੌਕ ਪੈਦਾ ਹੋਵੇ ਮੁਨਾਸਿਬ ਹੋਣਾ ਚਾਹੀਦਾ ਅਕਸਰ ਤਾਂ ਰੇਟ ਸੁਣ ਕੇ ਭੱਜ ਜਾਂਦੇ ਨੇ ਲੇਕਿਨ ਨਵਾਜ਼ ਸਾਹਿਬ ਤੁਹਾਡੀ ਤੇਰੀ ਸੁਣ ਕੇ ਮੈਂ ਕੱਲ੍ਹ ਪਿਆ ਬਾਸ ਸਿਆਲਕੋਟ ਆਇਆ ਬਿਸਮਿਲ੍ਲਾ ਜੀ ਤੁਹਾਡੀ ਸੁਣ ਕੇ ਤੁਹਾਡੇ ਕੋਲ ਤਾਂ ਮੈਂ ਇੱਥੇ ਪਹੁੰਚ ਗਿਆ ਲੇਕਿਨ ਤੀ ਚੀਜ਼ਾਂ ਮੈਂ ਦੇਖਣ 'ਚ ਆਉਂਦੀਆਂ ਵੀ ਉਹ ਚੀਜ਼ ਨਹੀਂ ਤਾਰੀਫ ਸੁਣੀ ਜਾਂ ਜੀ ਇਤਫਾਕ ਦੀ ਗੱਲ ਬਸ ਸਰ ਕਿਉਂਕਿ ਦੇਖੋ ਮੰਡੀ ਲੱਗਦੀ ਹੈ ਕਿਸੇ ਦਿਨ ਆ ਜਾਂਦੀ ਕਿਸੇ ਦਿਨ ਨਹੀਂ ਆਉਂਦੀ ਆਓ ਜੀ ਆਓ ਬਿਸਮਿਲ੍ਲਾ ਚੱਲ ਬਈ ਇੰਟਰਵਿਊ ਦੇ ਨਾਮ ਬਤਾਓ ਬੇਟਾ ਆਪਣਾ ਨਾਮ ਬਤਾਓ ਬਾਬਾ ਜੀ ਸੁਭਾਨ ਮਾਸ਼ਾਅੱਲਾ ਜੀ ਅੱਛਾ ਸੁਭਾਨ ਕੌਣ ਸੀ ਕਲਾਸ ਮੇ ਪੜ੍ਹਤੇ ਹੋ ਅੱਛਾ ਅੱਜ ਮੰਡੀ ਮੇ ਲੈ ਕਿਆ ਲੈਣੇ ਕੇ ਲਈ ਆਏ ਹੈ ਆਪ ਘੋੜਾ ਦੇਖਾ ਫਿਰ ਪਸੰਦ ਆਇਆ ਕੋਈ ਨਹੀਂ ਕੌਣ ਸਾ ਵਾਈਟ ਕਲਰ ਦਾ ਲੈਣਾ ਆਪਣੇ ਪਿਓਰ ਵਾਈਟ ਤੋ ਕਿਆ ਦੇ ਨਹੀਂ ਰਹੇ ਵਪਾਰੀ ਪੈਸੇ ਜ਼ਿਆਦਾ ਮੰਗਦੇ ਹੈ ਲਓ ਜੀ ਪੈਸੇ ਜ਼ਿਆਦਾ ਮੰਗਦੇ ਹੈ ਬਹੁਤ ਮਿਹਰਬਾਨੀ ਜੀ ਅੱਲਾ ਪਾਕ ਸਲਾਮਤ ਰੱਖੇ ਲਓ ਜਨਾਬ ਮੈਂ ਤੁਹਾਡੇ ਸ਼ਾਹ ਜੀ ਯਕੀਨ ਕਰੋ ਇਹ ਵੇਖੋ ਆਏ ਨੇ ਮੈਂ ਹੁਣ ਵੀ ਉਹ ਬਛੇਰਾ ਛੋਟਾ ਖੜਾ ਮੈਂ ਉਹਨੂੰ ਇਹ ਗੱਲ ਕੀਤੀ ਮੈਂ ਕਿਹਾ ਕੋਈ ਮੁਨਾਸਿਬ ਲਓ ਤਾਂ ਕਿ ਜਿਹੜੇ ਅਕੀਦਤਮੰਦ ਨੇ ਉਹ ਫਾਇਦਾ ਚੁੱਕਣ ਹੁਣ ਸਿਰਫ ਕੰਮ ਅਕੀਦਤ ਦਾ ਰਹਿ ਗਿਆ ਅਤੇ ਮੈਂ ਕਿਹਾ ਹੁਣ ਤਾਂ ਹੋ ਜਾਓ ਹੈ ਅਤੇ ਚੀਜ਼ ਇਹ ਹੈਗੀ ਹਾਂ ਅਤੇ ਅਕੀਦਤ ਵਾਲੀਆਂ ਬਿਲਕੁਲ ਇਹ ਜੀ ਅਕੀਦਤ ਵਾਲੀਆਂ ਚੀਜ਼ਾਂ ਨੇ ਕੋਈ ਨੀ ਅੱਲਾ ਵਾਰਸ ਇਨਸ਼ਾਅੱਲਾ ਸ਼ਾਹ ਜੀ ਗੁਫ਼ਤਗੂ ਦਾ ਬੜਾ ਲੁਤਫ਼ ਹੈ ਤੁਹਾਡੀ ਬੜੀ ਮਿਹਨਤ ਹੈ ਤੁਹਾਡਾ ਬੜਾ ਨਾਂ ਹੈ ਤੁਹਾਨੂੰ ਖੁਸ਼ ਰੱਖਾਂ ਬਾਬਾ ਨਵਾਜ਼ ਜੀ ਇਨਸ਼ਾਅੱਲਾ ਮੈਂ ਦੁਆਵਾਂ ਤੁਹਾਨੂੰ ਵੀ ਯਾਦ ਰੱਖਾਂਗਾ ਤੁਸੀਂ ਵੀ ਮੇਰੀ ਮਦਦ ਇਨਸ਼ਾਅੱਲਾ ਅੱਲਾ ਸੋਹਣੇ ਨੇ ਜਨਾਬ ਮਦਦ ਕਰਨੀ ਹੈ ਆਮੀਨ ਇਲਾਹੀ ਆਮੀਨ ਲਓ ਜੀ ਵੀਰ ਜੀ ਕੋਈ ਨੰਬਰ ਸ਼ੰਬਰ ਦੱਸੋ ਕੋਈ ਆਪਣਾ ਸੇਲ ਆਊਟ ਕਰਨਾ ਅੱਜ ਤਾਂ 0346 1759 3888 ਅਤੇ ਵੀਰ ਜੀ ਇਹਦਾ ਕੋਈ ਰੇਟ ਸ਼ੇਟ ਕੋਈ ਮੁਨਾਸਿਬ ਕਰੋ ਕੋਈ ਕੋਈ ਬੰਦਾ ਸ਼ੌਕ ਵਾਸਤੇ ਲੈ ਜਾਏਗਾ ਚਲੋ ਨਵੇਂ ਆਪੇ ਸ਼ੌਕੀਨ ਬੰਦੇ ਹੈਗੇ ਨੇ ਨਹੀਂ ਦੱਸੋ ਤੁਸੀਂ ਦੱਸਣਾ ਇੱਥੇ ਤਾਂ ਮਾਂ ਚੱਲ ਲੈਣ ਵਾਲੇ ਆ ਸਾਰੇ ਲੈਣ ਵਾਲੇ ਹੀ ਖੜੇ ਨੇ ਹਾਂ ਤੁਸੀਂ ਸਗੋਂ ਉਹਨਾਂ ਨੇ 2 ਲੱਖ ਰੁਪਇਆ ਕਿਹਾ ਮਕੂਲ ਚੀਜ਼ ਹੋਵੇ ਕਿਉਂਕਿ ਇਹ ਸ਼ੌਕ ਦੁਬਾਰਾ ਸ਼ੁਰੂ ਹੋ ਰਿਹਾ ਔਰ ਇਹ ਇਹਨੂੰ ਜਿਵੇਂ ਆਪਾਂ ਹੁਣ ਇੱਥੇ 4-4, 5-5 ਮੰਗਾਂਗੇ ਨਾ ਇਹਨਾਂ ਨੇ ਫਿਰ ਕੇ ਗੱਡੀ 'ਤੇ ਵਾਪਸ ਕਰਨ ਟੁੱਟ ਜਾਣਾ ਉਹਨਾਂ ਨੇ ਕਹਿਣਾ ਯਾਰ ਰੇਟ ਹੀ ਬਹੁਤ ਅਸੀਂ ਕੀ ਕਰੀਏ ਅਤੇ ਇਸ ਲਈ ਜਿਹੜਾ ਨਾ ਬਸ ਮੁਨਾਸਿਬ
करो ताकि ये काम वधेगा तो घाटे वादे तो जिंदगी पूरे होंगे रहते हैं। हाँ जी वो मैं जनाब पहले दस दिता कि इन दे भी छाती दे भी पिछे पेट दे भी ब्लैक कलर के स्पॉट है तो उंज तो नहीं कोई पैरों पूरे दे बेच अभी थोड़ा जहा टोरो हाँ टोर थोड़ा जहा जरा टोर के लियाओ हाँ ਪਰਲੇ ਪੈਰ ਦੇ ਵਿੱਚ ਕੀ ਹੈ ਐਸ ਐਸ ਕੀ ਹੈ ਆ ਕੀ ਲਾਇਆ ਆ ਇਹ ਰੱਸੀ ਲੱਗੀ ਹੋਈ ਸੀ ਅੱਛਾ ਇਹ ਸਾਡੇ ਬੰਦੇ ਜਿਹੜੇ ਆ ਗਿੱਟੀ ਤਾਂ ਨਹੀਂ ਬਣਦੀ ਬਈ ਨਹੀਂ ਨਹੀਂ रेट बंदा इंशाल्लाह ताला उस वक्त ले लवे की रेट होना चाहिए शाह जी किन्ने पैसे होने चाहिए मैनू तो उही गल मेरा पिछे बेटा मेरा चल रहा है वैसे आइडिया लेना नहीं तुसी पर आइडिया की क्योंकि आवाम की जी आवाज है ना जी वो सब नालों सच्ची ते पक्की आवाज दा मुल्ल है कोई ना दा एदा 1 लाख हो रही है जी जी ए मंडी जी भाई हां जी तेरी भी गल पूरी हो गई लेकिन इथों आके ना गल ओ रह जांदा काम हां 1 लाख रुपया ए भी मैं सही मैं ते अपने हिसाब ना कर रहा मैं नहीं लेना ये मैं वैसे नहीं लेना नहीं वैसे उन्होंने आइडिया दिया आइडिया लो जनाब ते नंबर शंबर वीर जी को दसो नंबर 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 मोबाइल मोबाइल नंबर लिखा दिता जी बस ठीक है लो जी वीर जी वीडियो जनाब पसंद आई हो जो कोई लेना चाहता हो जनाब बिस्मिल्ला जनाब बिस्मिल्ला जनाब रेट बड़े मकूल सर पता की जे वो जो पिछले जानवर है इन्हें उन्होंने मकूल सुन हूँ बंद जिम्मे जिम्मे अवेयरनेस मिलती पी ना वो पिछले रेट चक दें साढ़े तो हम विकल लग पैन जिन्ना चिकर इतने अलग एक टाइम ऐसा गाहक नहीं जिम्मे गुजरात मंडी उत्थे सत्तर सत्तर हाँ हूँ आई हो गया नहीं तो साठ साठ हज़ार की पैंठ पैंठ हज़ार की चंगी घोड़ी उत्थे लभदी रही लो जी जद चाहना जी नई वीडियो इंशाल्लाह फिर मुलाकात होगी अल्लाह हाफिज़ फी मानूंगा।